ਚੰਗੀ ਤਰ੍ਹਾਂ ਮਾਰ ਪਾਣੀ ਭੋਰਾ ਲਓ ਜੀ ਕੋਚ ਸਾਹਿਬ ਆਪ ਹੋ ਜਾ ਮੂਰੇ ਹੁਣ ਬੰਦਾ ਰੱਖਣ ਵਾਲਾ ਸਾਫ ਸਫਾਈ ਵਧੀਆ ਹੈ ਸਤਿ ਸ੍ਰੀ ਅਕਾਲ ਜੀ ਹੋਰ ਫਿਰ ਕਿਵੇਂ ਆ ਲੈ ਨਵੇਂ ਸਾਲ ਤੋਂ ਬਾਅਦ ਫੋਨ ਕਰੀ ਲਓ ਜੀ ਆਪਣੀ ਦੁੱਖ ਰਹੀ ਸੀ ਬਾਂਹ ਤੇ ਕੋਚ ਸਾਹਿਬ ਆਪ ਹੋਇਆ ਮੂਰੇ ਕਨੈਕਸ਼ਨ ਕਰਨ ਲੱਗਿਆ ਵਾਇਰਿੰਗ ਦਾ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਲਓ ਜੀ ਚੱਲੇ ਹਾਂ ਦੁਕਾਨ ਤੇ ਨੂੰ ਅਤੇ ਅੱਜ ਆਉਣਾ ਸੀ ਜੀ ਟਰੈਕਟਰ ਓਵਲ ਫਿੱਟ ਕਰਨੇ ਆ ਸੋਨੀ ਦੇ ਚਾਰ ਓਰੀਜਨਲ ਓਵਲ ਫਿੱਟ ਕਰਨੇ ਆ ਅਤੇ 10-11 ਵਜੇ 10 ਵਜੇ ਕਹਿੰਦਾ ਜੀ ਬਾਈ ਪਹੁੰਚ ਜੂੰਗਾ ਅਤੇ ਚੱਲਦੇ ਹਾਂ ਸ਼ੋਪ 'ਤੇ ਗੱਡੀ ਕਰ ਲਈ ਸਟਾਰਟ ਅਤੇ ਮਿਲਦੇ ਹਾਂ ਸ਼ੋਪ 'ਤੇ ਜਾ ਕੇ ਧੁੰਦ ਬਹੁਤ ਜ਼ਿਆਦਾ ਕੋਹਰਾ ਹੀ ਪੈ ਰਿਹਾ ਠੰਡ ਬਹੁਤ ਜ਼ਿਆਦਾ ਉਹ ਜੀ ਟਰੈਕਟਰ ਪਹੁੰਚਿਆ ਕੁਹਾੜੇ ਕੋਲੋਂ ਨੋਵੋ ਅਤੇ ਆਪਾਂ ਇਹ 'ਤੇ ਓਵਰ ਲਾਉਣੇ ਆ ਸੋਨੀ ਦੇ ਚਾਰ ਓਵਰ ਲਾਉਣੇ ਓਰੀਜਨਲ ਅਤੇ ਬਾਈ ਇੰਨੀ ਧੁੰਦ ਵਿੱਚ ਇੰਨੀ 10 ਵਜੇ ਪਹੁੰਚ ਗਿਆ ਸੀਗਾ ਅਤੇ ਬਾਈ ਚੱਲਦੇ ਹਾਂ ਮੈਂਟੀ ਬਾਈ ਕੋਲ ਪੇਟੀ ਚੱਕ ਕੇ ਅਤੇ ਓਵਰ ਫਿੱਟ ਕਰਾ ਕੇ ਫਿਰ ਦਿਖਾਵਾਂਗੇ ਕੁਆਲਿਟੀ ਕਿੱਦਾਂ ਦੀ ਆ ਜੀ ਪੇਟੀ ਵਗੈਰਾ ਰੱਖ ਲਈ ਆਪਾਂ ਓਵਰ ਵਾਲੀ ਅਤੇ ਨਾਲ ਪਲੇਅਰ ਵੀ ਰੱਖ ਲਿਆ ਅਤੇ ਬਾਈ ਆਉਂਦਾ ਪਿੱਛੇ ਟਰੈਕਟਰ ਲੈ ਕੇ ਅਤੇ ਚੱਲਦੇ ਮੈਂਟੀ ਬਾਈ ਕੋਲ ਪੇਟੀ ਫਿੱਟ ਕਰਾਉਂਦੇ ਹਾਂ ਬੈਕ ਲਾ ਦੇ ਬੈਕ ਸਤਿ ਸ਼੍ਰੀ ਅਕਾਲ ਜੀ ਹੋਰ ਫਿਰ ਕਿਵੇਂ ਆ ਲੈ ਕੇ ਨਹੀਂ ਗਿਆ ਜੇ ਨਾਲ ਚੱਕ ਉਹਨੂੰ ਬੈਠਾ ਸੀ ਨਾਲੇ ਗਾਣਾ ਯਾਰ ਕੋਪ ਲਓ ਜੀ ਲੱਗਿਆ ਬਾਈ ਪੇਟੀ ਫਿੱਟ ਕਰਨ ਕਰੋ ਚੈੱਕ ਮੈਂ ਉੱਪਰ ਪਿੱਛੇ 3-3 ਨਟ ਪਾ ਦਾਂਗੇ ਅਤੇ ਆ ਪਲੇਅਰ ਉੱਪਰ ਹੀ ਛਤਰੀ ਦੇ ਨਾਲ ਹੀ ਫਿੱਟ ਕਰ ਦੇਣਾ ਵਾ ਅਤੇ ਆਪਾਂ ਚੱਲਦੇ ਹਾਂ ਦੁਕਾਨ 'ਤੇ ਠੀਕ ਆ ਅਤੇ ਬਾਈ ਫਿੱਟ ਕਰਾ ਕੇ ਆ ਜੂਗਾ ਆਪਾਂ ਪਹੁੰਚ ਗਏ ਦੁਕਾਨ 'ਤੇ ਅਤੇ ਆ ਸੋਨੀ ਦੇ ਉਹ ਲਾਉਣੇ ਆ ਓਵਲ 420 ਵਾਟ ਅਤੇ ਆਪਾਂ ਟਾਂਕੇ ਵਗੈਰਾ ਲਾਉਂਦੇ ਹਾਂ ਇਹਨਾਂ ਨੂੰ ਉਹ ਜੀ ਲੱਗਿਆ ਵਾਇਰਿੰਗ ਕਰਨ ਟੂਟਾਂ ਲੱਗ ਕਰਨੀ ਆ ਅਤੇ ਸਪੀਕਰਾਂ ਹੀ ਲੱਗ ਅਤੇ ਕਰਦੇ ਹਾਂ ਵਾਇਰਿੰਗ ਬਾਈ ਆ ਗਿਆ ਫਿੱਟ ਕਰਾ ਕੇ ਅਤੇ ਕਰਦੇ ਹਾਂ ਫਿੱਟ ਉਹ ਜੀ ਟਰੈਕਟਰ ਪਹੁੰਚ ਗਿਆ ਅਤੇ ਬਾਈ ਕਰਾ ਲਿਆ ਪੇਟੀ ਫਿੱਟ ਅਤੇ ਸਿਸਟਮ ਆਪਾਂ ਕਰਤਾ ਉੱਪਰ ਫਿੱਟ ਅਤੇ ਲੱਗਿਆ ਸੋਨੀ ਦੇ ਓਰੀਜਨਲ ਸਪੀਕਰ ਲਾਉਣ ਅਤੇ ਫਿਟਿੰਗ ਕਰੋ ਚੈੱਕ ਲਓ ਜੀ ਕਟਿੰਗ ਵਗੈਰਾ ਹੋ ਗਈ ਸਪੀਕਰਾਂ ਦੀ ਅਤੇ ਲੱਗਿਆ ਹੁਣ ਵਾਇਰਿੰਗ ਕਰਨ ਲੱਗਿਆ ਪਹਿਲਾਂ ਓਵਲ ਕਸਣ ਟੂਟਰ ਦੀ ਤਾਰ ਲੱਗ ਕੱਢ ਲਈ ਥੱਲੇ ਸਪੀਕਰ ਦੀ ਆ ਅਤੇ ਕਰਦੇ ਹਾਂ ਫਿੱਟ ਮੇਰੇ ਬਾਈ ਹੁਣੇ ਗਏ ਚਾਹ ਪੀਣ ਲਓ ਜੀ ਪਹਿਲਾਂ ਓਵਲ ਹੋ ਗਿਆ ਡਨ ਕਰੋ ਚੈੱਕ ਅਤੇ ਲੱਗਿਆ ਦੂਜਾ ਵਾਇਰਿੰਗ ਕਰਨ ਲਓ ਜੀ 2 ਓਵਲ ਹੋ ਗਏ ਫਾਈਨਲੀ ਡਨ ਅਤੇ ਲੱਗਿਆ ਤੀਜੇ ਦੀ ਵਾਇਰਿੰਗ ਕਰਨ ਲਓ ਜੀ ਤੀਜਾ ਸਪੀਕਰ ਵੀ ਹੋ ਗਿਆ ਡਨ ਅਤੇ ਲੱਗਿਆ ਚੌਥਾ ਕਸਣ ਫਿਰ ਕਰਾਉਂਦੇ ਤੁਹਾਨੂੰ ਸਾਊਂਡ ਚੈੱਕ ਪਹਿਲਾਂ ਬਾਅਦ ਚੋਂ ਕਰਾਂਗੇ ਵਾਇਰਿੰਗ ਕਿਹੜਾ ਉਹਦਾ ਨਵੇਂ ਸਾਲ ਤੋਂ ਬਾਅਦ ਫੋਨ ਕਰੀ ਹੁਣ ਨਵਾਂ 2200 ਤੋਂ ਸਟਾਰਟ ਹੋ ਜਾਂਦਾ ਲਓ ਜੀ ਵਾਇਰਿੰਗ ਹੋ ਗਈ ਸਾਰੀ ਡਨ ਜੈਕ ਵਗੈਰਾ ਬਣਾ ਤੇ ਅਤੇ ਸਵਿੱਚ ਲਾ ਤੀ ਆਪਾਂ ਇੱਥੇ ਅਤੇ ਅਰਥ ਵਗੈਰਾ ਉੱਪਰ ਹੀ ਲਾ ਤਾ ਤਾਰ ਕੱਟਤੀ ਇੱਧਰ ਦੀ ਇੱਧਰ ਵੀ ਵਾਇਰਿੰਗ ਹੋ ਗਈ ਡਨ
तो कर दें बाकी अगे सैट। लो जी लगे टेस्टिंग कर। लो जी हुण तुहानूं कराउंदे आं साउंड चैक। सिस्टम हो गया ओके रिपोर्ट। वायरिंग हो गई सारी डन। ते करो चैक साउंड। माहौल सारा किल हो गया फिर उड़दा ते बॉडी वेट निल हो गया। ਆਪਾਂ ਜਾਣਾ ਸੀ ਬਾਜ਼ਾਰ ਪਰ ਜਾਮ ਬਹੁਤ ਲੱਗਿਆ। ਪਤਾ ਨਹੀਂ ਕੀ ਚੱਕਰ ਪਿਆ, ਉਹ ਲੈਣ ਹੀ ਲੱਗੀ ਬਿਸਰੇ ਤੱਕ। ਥੋੜਾ ਰੁਕ ਕੇ ਚੱਲਦੇ ਆ। ਇੱਥੋਂ ਚੱਕ ਵੀ ਆਦੇ 2-3 ਪੰਜਾਂ ਪਹੁੰਚਿਆ ਜੀ ਕੋਲ। ਲੱਗਿਆ 1-47 ਲਾਉਣ ਬਾਈ ਜੀ। ਬਾਈ ਕਹਿੰਦਾ ਮੈਨੂੰ ਡਰ ਲੱਗਦਾ ਰੌਂਦ ਰੂਮ ਤੋਂ ਹੈ, ਚੰਡੀਗੜ੍ਹ ਜਾਣਾ ਸੀਗਾ ਵੀ ਐਵੇਂ ਹੋਰ ਨਾ ਤਾਂ ਹੀ ਚੱਕ ਲੈਣ ਕਿਤੇ ਮੈਨੂੰ ਹੈ ਤਾਂ ਲਾਉਣ ਲੱਗਿਆ। रंग ला दे पूरा रंग ला दे रामी बंदा कि लगे कहना रंग नहीं लाना रंग नहीं लाना नौ मार के आप ही रंग ला दा। अंदरूनी एक मार क्या मार पानी जा चंगी तरह मार पानी पूरा। लो जी कोच साहब आप हो जा मुरे बल्ले मार दे। कहना रंग नहीं लाना रंग नहीं लाना नौ मार के आप ही रंग ला दे। जवाब जो बेइज्जती करके गया नहीं तेरी कहना साफ सफाई वधिया क्या नहीं वधिया। मेरा 2 मिनट का ब्लॉग बनाता है गया नहीं रगड़न लग्या पूरा होना रंग ला नहीं फिर बिमर को जाना पैना। ले गया खड़ाई थी भाई अंदर वार्ड की दुकान की गल है दुकान अंदर आ गया नहीं की कर दी नंदी चेक कर दी नंदी बाहर दस चेक कर दी की कर दीखंड भी दे सीखंड भी बेची दे रहे हैं। अंदर वो पिछे बचाले रख दे हम
ਉਹ ਟਰੈਕਟਰ ਪਹੁੰਚਿਆ ਨਾਰੰਗ ਵਾਲਾ ਤੋਂ ਤੇ ਸਿਸਟਮ ਪਹਿਲਾਂ ਲੱਗਿਆ ਜੀ ਤਿੰਨ ਬੂਹਰ ਵਾਲਾ ਵੱਡੀ ਪੇਟੀ 'ਚ ਅਤੇ ਆਪਾਂ ਲਾਉਣਾ ਛੋਟੀ ਪੇਟੀ 'ਚ ਅਤੇ ਨਵੇਂ ਸਾਲ ਤੋਂ ਬਾਅਦ ਬੁਲਾਵਾਂਗੇ ਬਾਈ ਨੂੰ ਅਤੇ ਕਰਾਂਗੇ ਤਿੰਨ ਬੂਹਰ ਵਾਲਾ ਹੈਵੀ ਵਾਲਾ ਸਿਸਟਮ ਫਿੱਟ ਦਿਖਾਵਾਂਗੇ ਵੀਡੀਓ ਪਾਵਾਂਗੇ ਪੂਰੀ ਉਹ ਜੀ ਆਪਣੀ ਦੁੱਖ ਰਹੀ ਸੀ ਬਾਂਹ ਤੇ ਕੋਚ ਸਾਹਿਬ ਆਪ ਹੋਇਆ ਮੂਹਰੇ ਕਨੈਕਸ਼ਨ ਕਰਨ ਲੱਗਿਆ ਵਾਇਰਿੰਗ ਲਾਈਟਾਂ ਦੀ ਅਤੇ ਨਾਲ ਲੱਗਿਆ ਕਿਹੜਾ ਬੰਦਾ ਜੈ ਸਭ ਇੱਧਰ ਮਿਲੋ ਜੇ ਆਰ ਆਟ ਨੂੰ ਘੈਂਟ ਬਣਾਇਆ ਲਓ ਜੀ ਕਰੋ ਚੈੱਕ ਰੋਸ਼ਨੀ ਰੋਸ਼ਨੀ ਕਰਤੀ ਨੌ ਚੁਰੰਜਾ ਹੋ ਗਏ ਤੇ ਚੱਲੇ ਆ ਘਰ ਨੂੰ ਹੌਲੀ ਹੌਲੀ ਆਇਆ ਤੰਦ ਬਹੁਤ ਜ਼ਿਆਦਾ ਸੀਗੀ ਕੁਛ ਨਹੀਂ ਦਿਖਦਾ ਸੀ ਜੋਧਾਂ ਤੋਂ ਪਿੰਡ ਪਹੁੰਚਣ ਨੂੰ ਅੱਧਾ ਘੰਟਾ ਲੱਗ ਗਿਆ ਹਿਸਾਬ ਲਾ ਲਓ ਪੰਜ ਸੱਤ ਮਿੰਟ ਦਾ ਰਾਹ ਵਾ ਅੱਧੇ ਘੰਟੇ 'ਚ ਪਿੰਡ ਪਹੁੰਚਿਆ ਹੋਰ ਜੀ ਪਹੁੰਚ ਕੇ ਘਰੇ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਧੰਨਵਾਦ